ਜਨਾਬ ਸਪੀਕਰ ਸਾਹਿਬ, ਮਾਣਯੋਗ ਮੈਂਬਰ ਸਹਿਬਾਨ ਮੁਕੰਮਲ ਰੂਪ ਵਿੱਚ ਇਸ ਗੱਲ 'ਤੇ ਜਾਗਰੂਕ ਹਨ ਕਿ ਸਾਡੀ ਸਰਕਾਰ ਨੂੰ ਪਿਛਲੇ ਸਰਕਾਰ ਤੋਂ ਭਾਰੀ ਕਰਜ਼ ਬੋਝ ਵਿਰਸੇ ਵਿੱਚ ਮਿਲਿਆ ਹੈ। ਡੰਡੀ ਇਸ ਦੇ ਵੇਰਵੇ ਪਹਿਲਾਂ ਹੀ ਵਾਈਟ ਪੇਪਰ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ। ਡੰਡੀ ਜਦੋਂ ਇਸ ਸਰਕਾਰ ਨੇ ਕਾਰਜਭਾਰ ਸੰਭਾਲਿਆ ਤਾਂ ਅਖੌਤੀ CCL ਕੈਸ਼ ਕ੍ਰੈਡਿਟ ਲਿਮਿਟ ਵਿਰਾਸਤੀ ਖਾਤਿਆਂ ਨੇ ਕਰਜ਼ ਦੇ ਰੂਪ ਵਿੱਚ ਲਏ 99.96 ਕਰੋੜ ਰੁਪਏ 31 ਮਾਰਚ 2017 ਤੱਕ ਦੀ ਵਧੀਕ ਦੇਣਦਾਰੀ ਨਾਲ ਸਵਾਗਤ ਕੀਤਾ। ਡੰਡੀ ਨਤੀਜੇ ਵਜੋਂ ਸਰਕਾਰ ਨੂੰ 270 ਕਰੋੜ ਰੁਪਏ ਮਹੀਨਾ ਅਤੇ 3240 ਕਰੋੜ ਰੁਪਏ ਸਾਲਾਨਾ ਦੀ ਵਧੀਕ ਦੇਣਦਾਰੀ ਅਗਲੇ 20 ਵਰ੍ਹਿਆਂ ਤੱਕ ਝੱਲਣੀ ਪਵੇਗੀ। ਡੰਡੀ ਇਸ ਤੋਂ ਇਲਾਵਾ ਪਹਿਲੀ ਸਰਕਾਰ PIDP RDP ਪੁੱਡਾ ਅਤੇ ਦੂਸਰੀਆਂ ਪੁੱਡਾ ਵਰਗੀਆਂ ਏਜੰਸੀਆਂ ਨੂੰ ਇਸ ਦੀ ਤਰਫ ਤੋਂ ਕਰਜ਼ ਲੈਣ ਲਈ ਮਜਬੂਰ ਕਰਦੀ ਰਹੀ ਹੈ। ਡੰਡੀ ਬਹੁਤ ਵਾਰ ਇਹ ਕਰਜ਼ ਉਸ ਏਜੰਸੀ ਦੇ ਆਦੇਸ਼ ਤੋਂ ਉਲਟ ਮੰਤਵਾਂ ਲਈ ਵਰਤਿਆ ਗਿਆ ਸੀ। ਡੰਡੀ ਭਰਾ, ਮੈਂ ਇਸ ਅਜੀਮ ਸਦਨ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਅਖੌਤੀ ਵਿਰਾਸਤੀ ਖਾਤਿਆਂ ਦਾ ਨਿਪਟਾਰਾ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਜਿਵੇਂ ਕਿ PIDP RDB ਆਦਿ ਲਈ ਲਈਆਂ ਗਈਆਂ ਸਾਰੀਆਂ ਉਧਾਰੀਆਂ ਜੋ ਕਿ ਭਵਿੱਖੀ ਮਾਲੀਏ 'ਤੇ ਆਧਾਰਿਤ ਹਨ ਅਤੇ ਜੋ ਕਿ ਰਾਜ ਵਿਧਾਨ ਸਭਾ ਦੀਆਂ ਆਮ ਚੋਣਾਂ ਤੋਂ 3 ਮਹੀਨੇ ਪਹਿਲਾਂ ਦੇ ਸਮੇਂ ਦੌਰਾਨ ਲਈਆਂ ਗਈਆਂ ਹਨ। AFRBM ਐਕਟ 2003 ਦੀ ਧਾਰਾ ਦੇ ਉਪਬੰਧਾਂ ਦੀ ਸਿੱਧੀ ਉਲੰਘਣਾ ਹੈ। ਡੰਡੀ 44-35 ਕਰੋੜ ਰੁਪਏ ਦੇ ਗੈਰ ਰਸਮੀ ਕਰਜ਼ ਸਮੇਤ ਜੋ ਕਿ ਰਾਜ ਸਰਕਾਰ ਵੱਲੋਂ ਵੱਖ ਵੱਖ ਏਜੰਸੀਆਂ ਦੁਆਰਾ ਭਾਰਤ ਸਰਕਾਰ ਦੀ ਪ੍ਰਵਾਨਗੀ ਤੋਂ ਬਿਨਾਂ ਲਿਆ ਗਿਆ ਸੀ, ਸਮੇਤ ਰਾਜ ਦਾ ਕੁੱਲ ਬਕਾਇਆ ਕਰਜ਼ 31.3 3 2017 ਨੂੰ 18.6 18 ਕਰੋੜ ਰੁਪਏ ਹੈ। ਡੰਡੀ ਇਸ ਤੋਂ ਇਲਾਵਾ ਰਾਜ ਸਰਕਾਰ ਵੱਖ ਵੱਖ ਜਨਤਕ ਖੇਤਰ ਅਦਾਰਿਆਂ ਸੰਗਠਨਾਂ ਵੱਲੋਂ ਲਏ ਕਰਜ਼ਿਆਂ ਲਈ ਰਾਜਕੀ ਗਰੰਟੀਆਂ ਵੀ ਦਿੰਦੀ ਰਹੀ ਹੈ। ਡੰਡੀ ਇਸ ਸੰਬੰਧ ਵਿੱਚ ਮਿਤੀ 31-3-2017 ਨੂੰ ਕੁੱਲ ਦੇਣਦਾਰੀਆਂ 20.60 08 ਕਰੋੜ ਰੁਪਏ ਬਣਦੀ ਹੈ। ਡੰਡੀ ਜੇਕਰ ਜਨਤਕ ਖੇਤਰ ਅਦਾਰੇ ਇਸ ਕਰਜ਼ ਨੂੰ ਅਦਾ ਕਰਨ ਵਿੱਚ ਅਸਮਰੱਥ ਰਹਿੰਦੇ ਹਨ ਤਾਂ ਰਾਜ ਸਰਕਾਰ ਵੱਲੋਂ ਰਾਜਕੀ ਗਰੰਟੀ ਸਰਕਾਰ ਦੀ ਦੇਣਦਾਰੀ ਬਣ ਜਾਂਦੀ ਹੈ। ਡੰਡੀ ਕੁੱਲ ਬਕਾਇਆ ਕਰਜ਼ ਅਤੇ ਅਚੇਤ ਦੇਣਦਾਰੀਆਂ ਇਸ ਪ੍ਰਕਾਰ 20-32-26 ਕਰੋੜ ਰੁਪਏ ਬਣ ਜਾਂਦੀਆਂ ਹਨ, ਜੋ ਕਿ ਸਾਲ 2016-17 ਲਈ 51-37.79 ਕਰੋੜ ਰੁਪਏ ਸੋਧੇ ਅਨੁਮਾਨ ਹਨ, ਜੋ 403.38% ਬਣਦੇ ਹਨ। ਡੰਡੀ ਆਮ ਤੌਰ 'ਤੇ ਸਰਕਾਰਾਂ ਕਰਜ਼ GSDP ਅਨੁਪਾਤ ਨੂੰ ਘੱਟ ਕਰਨ ਵਿੱਚ ਰਾਹਤ ਮਹਿਸੂਸ ਕਰਦੀਆਂ ਹਨ, ਪਰੰਤੂ ਇਹ ਰਾਹਤ ਮਹਿਸੂਸ ਨਹੀਂ ਕੀਤੀ ਜਾ ਸਕਦੀ। ਡੰਡੀ ਜਦੋਂ GSDP ਦਾ ਵਾਧਾ ਇਸ ਅਨੁਪਾਤ ਨੂੰ ਪਛਾੜਦਾ ਹੈ ਤਾਂ ਹਮੇਸ਼ਾ ਕਰਜ਼ ਵਾਧੇ ਵੱਲ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਸਰਕਾਰ ਢਿੱਲੇ ਕਰ ਪ੍ਰਬੰਧ ਕਾਰਨ ਵਧੀਆਂ ਮਾਲੀ ਵਸੂਲੀਆਂ ਦਾ ਲਾਭ ਲੈਣ ਵਿੱਚ ਅਸਫਲ ਰਹੀ ਹੈ। ਡੰਡੀ ਪੰਜਾਬ ਦੀ ਇਹ ਸਥਿਤੀ ਰਹੀ ਹੈ। ਡੰਡੀ